ਐਨਡੋਸ ਟੀਵੀ ਦੇਖ ਰਹਾ ਹੈ ਦਰਸ਼ਕਾਂ ਦਾ ਪ੍ਰੋਗਰਾਮ ਸੰਵਾਦ ਦੇ ਵਿੱਚ ਸਵਾਗਤ ਹੈ ਦਰਸ਼ਕੋ ਤਕਰੀਬਨ 12 ਸਾਲ ਦੀ ਲੰਬੀ ਕਸ਼ਮਕਸ਼ ਦੇ ਬਾਅਦ ਅਖੀਰ ਕੈਪਟਨ ਅਮਰਿੰਦਰ ਸਿੰਘ ਲੁਧਿਆਣਾ ਸਿਟੀ ਸੈਂਟਰ ਘਟਾਲੇ ਚੋਂ ਆਪਣੇ ਸਾਥੀਆਂ ਸਮੇਤ ਜਿਹੜਾ ਉਹ ਬਰੀ ਹੋ ਗਏ ਇਸੇ ਦੇ ਨਾਲ ਹੀ ਪੰਜਾਬ ਦੀ ਅਰਥਵਿਵਸਥਾ ਜਿਹੜੀ ਆ ਪੂਰੀ ਤਰ੍ਹਾਂ ਨਾਲ ਲੜ ਖੜਾਈ ਪਈ ਆ ਤੇ ਦੋਸ਼ ਜਿਹੜੇ ਆ ਉਹ ਕੇਂਦਰ ਸਰਕਾਰ ਦੇ ਉੱਪਰ ਜਿਹੜੇ ਲਗਾਏ ਜਾ ਰਿਹਾ ਕਿ ਉਹ ਸਾਡਾ ਜੀਐਸਡੀ ਦਾ ਜਿਹੜਾ ਬਕਾਇਆ ਉਹਨਾਂ ਨੇ ਵਾਪਸ ਕਰਨਾ ਸੀਗਾ ਉਹ ਸਾਨੂੰ ਵਾਪਸ ਨਹੀਂ ਕੀਤਾ ਗਿਆ ਤੇ ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੇ ਜੱਤੀ ਸ਼ਹਿਰ ਪਟਿਆਲੇ ਦੇ ਵਿੱਚ ਬਿਊਰੋਕ੍ਰੇਸੀ ਤੋਂ ਤੰਗ ਆਏ ਚਾਰ ਵਿਧਾਇਕ ਜਿਹੜੇ ਆ ਉਹ ਬਗਾਵਤ ਤੇ ਉੱtre ਹੋਇਆ ਤੇ ਪਿਛਲੇ ਇੱਕ ਹਫ਼ਤੇ ਤੋਂ ਉਹ ਬਗਾਵਤ ਤੇ ਨੇ ਅੱਜ ਤੱਕ ਜਿਹੜੀ ਆਖਰੀ ਖਬਰਾਂ ਆਉਣ ਵੇਲੇ ਤੱਕ ਹਾਲਾਤ ਇਹ ਆ ਕਿ ਉਹਨਾਂ ਨੂੰ ਮੁੱਖ ਮੰਤਰੀ ਨੇ ਜਿਹੜਾ ਕਿ ਵਿਦੇਸ਼ੀ ਦੌਰੇ ਤੋਂ ਵਾਪਸ ਆ ਗਿਆ ਉਹਨੇ ਉਹਨਾਂ ਨੂੰ ਅਜੇ ਤੱਕ ਮਿਲਣ ਦਾ ਸਮਾਂ ਜਿਹੜਾ ਉਹ ਨਹੀਂ ਦਿੱਤਾ ਇਹ ਹਾਲਾਤਾਂ ਬਣੀਆਂ ਹੋਈਆਂ ਨੇ ਹੁਣ ਗੱਲ ਆ ਲੁਧਿਆਣਾ ਸਿਟੀ ਸੈਂਟਰ ਕੋਟਾਲੇ ਦੀ ਜਿਹੜਾ ਕਿ ਤਕਰੀਬਨ 25 ਏਕੜ ਜ਼ਮੀਨ ਦੇ ਵਿੱਚ ਜਿਹੜਾ ਉਹ ਤਿਆਰ ਹੋਣਾ ਸੀ ਲੁਧਿਆਣਾ ਤੋਂ ਪੱਖੋਵਾਲ ਰੋਡ ਦੇ ਉੱਪਰ ਹੈ ਉਹਦੇ ਵਿੱਚ ਇੱਕ ਪਲਾਜ਼ਾ ਬਣਨਾ ਸੀ ਜਿਹੜਾ ਉਹ ਮਾਲ ਤੇ ਪਲਾਜ਼ਾ ਸੀ ਉਹਦੇ ਵਿੱਚ ਉਹਦੀ ਇੱਕ ਲਾਸਟ ਵਾਲੀ ਮੰਜ਼ਲ ਦੇ ਉੱਪਰ ਹੈਲੀਕਾਪਟਰ ਦੀ ਲੈਂਡਿੰਗ ਜਿਹੜੀ ਸੀਗੀ ਉਹਦੀ ਵਿਵਸਥਾ ਜਿਹੜੀ ਉਹ ਕੀਤੀ ਜਾਣੀ ਸੀ ਲੇਕਿਨ ਬਣਨ ਤੋਂ ਪਹਿਲਾਂ ਹੀ 2006 ਦੇ ਵਿੱਚ ਇਹ ਵਿਵਾਦਾਂ ਦੇ ਵਿੱਚ ਘਿਰ ਗਿਆ ਕੈਪਟਨ ਅਮਰਿੰਦਰ ਸਿੰਘ ਤੇ ਦੋਸ਼ ਲੱਗੇ ਕਿ ਉਹਨਾਂ ਨੇ ਇਹਦੇ ਵਿੱਚੋਂ 100 ਕਰੋੜ ਰੁਪਏ ਦੀ ਰਿਸ਼ਵਤ ਲਈ ਹੈ ਜਦੋਂ 100 ਕਰੋੜ ਦੀ ਰਿਸ਼ਵਤ ਦੀ ਗੱਲ ਆਈ ਤਾਂ ਉਹਦੀ ਅਨਕਵਾਰੀ ਜਿਹੜੀ ਉਹ ਮਾਰ ਕਰ ਦਿੱਤੀ ਗਈ ਅਨਕਵਾਰੀ ਚੱਲ ਰਹੀ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿਹੜੀ ਆ ਉਹ ਜਾਂਦੀ ਰਹੀ ਤੇ 2007 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਆ ਗਈ ਤੇ ਅਕਾਲੀ ਦਲ ਦੀ ਸਰਕਾਰ ਆਈ ਤੇ 23 ਮਾਰਚ 2007 ਨੂੰ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਜਿਹੜੀ ਆ ਉਹ ਐਫ ਆਈ ਆਰ ਦਰਜ ਹੋ ਜਾਂਦੀ ਹੈ ਤੇ ਅਗਸਤ 2007 ਤੇ ਇਹਦਾ ਜਿਹੜਾ ਚਲਾਨ ਜਿਹੜਾ ਚਾਰ ਸ਼ੀਟ ਆ ਉਹ ਕੋਰਟ ਦੇ ਵਿੱਚ ਪੇਸ਼ ਕਰ ਦਿੱਤੀ ਜਾਂਦੀ ਹੈ ਪਰ ਲੰਬੀ ਕਸ਼ਮਕੱਚ ਦੇ ਬਾਅਦ ਨਾ ਕੇਸ ਕਿਸੇ ਬੰਨੇ ਲੱਗਿਆ ਈਵਨ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਬੇਟਾ ਤੇ ਉਹਨਾਂ ਦਾ ਜਵਾਈ ਵੀ ਇਸ ਕੇਸ ਦੇ ਵਿੱਚ ਸ਼ਾਮਲ ਸੀ ਕੁੱਲ 36 આરોપી ਸੀ ਫੈਸਲਾ ਆਉਣ ਤੱਕ ਪੰਜ આરોપી ਜਿਹੜੇ ਸੀ ਉਹਨਾਂ ਦੀ ਮੌਤ ਹੋ ਚੁੱਕੀ ਜਿਸ ਦਿਨ ਜਦੋਂ ਫੈਸਲਾ ਸੁਣਾਇਆ ਗਿਆ ਉਹਦੇ ਵਿੱਚ 31 ਜਿਹੜੇ ਸੀਗੇ ਉਹਦੇ ਵਿੱਚੋਂ ਇੱਕ ਜਿਹੜਾ ਸੀਗਾ ਉਹ ਬਿਮਾਰ ਹੋਣ ਕਰਕੇ ਨਹੀਂ ਜਾ ਸਕਿਆ ਤੇ ਬਾਕੀ ਦੇ 30 ਦੇ 30 ਰੋਪੀ ਜਿਹੜੇ ਉਹ ਹਾਜ਼ਰ ਸੀ ਇੱਥੋਂ ਤੱਕ ਕੈਪਟਨ ਅਮਰ ਅਮਰਿੰਦਰ ਸਿੰਘ ਵਿਦੇਸ਼ੀ ਦੌਰਾ ਵਿੱਚ ਛੱਡ ਕੇ ਹੀ ਆ ਕੇ ਇਸ ਤਰੀਕ ਦੇ ਉੱਪਰ ਜਿਹੜਾ ਪੇਸ਼ ਹੋਏ ਤੇ ਆਖਰਕਾਰ ਉਹ ਜਿਹੜਾ ਸੀਗਾ ਲੰਬੀ ਕਸ਼ਮਕਸ਼ ਦੇ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਉਸ ਵੇਲੇ ਵਿਜੀਲੈਂਸ ਨੇ ਇਹ ਤੇ ਜਿਹੜੀ ਕੀਮਤ ਸੀ 1144 ਕਰੋੜ ਦਾ ਘਾਟਾ ਜਿਹੜਾ ਉਸ ਵਕਤ ਸਰਕਾਰ ਨੂੰ ਇਹਦਾ ਮਿੱਥਿਆ ਗਿਆ ਸੀ ਇਹ 2007 ਦੀ ਗੱਲ ਹੈ 2006 ਚ ਅਨਕੁਆਰੀ ਬੈਠੀ ਤੇ 7 ਦੇ ਵਿੱਚ ਵਿਜੀਲੈਂਸ ਨੇ 1144 ਕਰੋੜ ਦਾ 1144 ਕਰੋੜ ਦਾ ਘਾਟਾ ਕਿਹਨੂੰ ਪਿਆ ਪੰਜਾਬ ਸਰਕਾਰ ਨੂੰ ਪਿਆ ਜਿਹਦੀ ਆਰਥਵਿਵਸਥਾ ਅੱਜ ਲੜਖੜਾਈ ਪਈ ਹੈ ਲੇਕਿਨ ਜਿਨ੍ਹਾਂ ਨੇ ਐਫਆਈਆਰ ਦਰਜ ਕੀਤੀ ਜਿਨ੍ਹਾਂ ਕੇਸ ਦੀ ਅਨਕੁਆਰੀ ਕੀਤੀ ਉਹਨਾਂ ਚ ਉਸ ਵੇਲੇ ਵਿਜੀਲੈਂਸ ਦੇ ਜਿਹੜਾ ਐਡੀਸ਼ਨਲ ਡੀਜੀਪੀਸੀ ਸਮੇਤ ਸਿੰਘ ਸੈਣੀ ਤੇ ਇੱਕ ਉਸ ਵੇਲੇ ਵਿਜੀਲੈਂਸ ਦੇ ਐਸਐਸਪੀ ਕਮਰਜੀਤ ਸਿੰਘ ਤੇ ਉਹਦੇ ਨਾਲ ਹੀ ਲੁਧਿਆਣੇ ਤੋਂ ਲੋਕ ਇਨਸਾਫ ਪਾਰਟੀ ਦੇ ਐਮਐਲਏ ਸਿਮਰਜੀਤ ਸਿੰਘ ਬੈਸ ਉਹ ਸਾਰੇ ਜਣੇ ਕੋਰਟ ਦੇ ਵਿੱਚ ਗਏ ਲੇਕਿਨ ਹੋਇਆ ਕਿ ਜਿਹੜਾ 2007 ਦੇ ਵਿੱਚ ਚਲਾਨ ਪੇਸ਼ ਕੀਤਾ ਗਿਆ ਸੀ ਉਹਦੇ ਚ ਤਕਰੀਬਨ 153 ਗਵਾਹ ਜਿਹੜੇ ਉਹ ਪੇਸ਼ ਕੀਤੇ ਗਏ ਲੇਕਿਨ ਲੰਬਾ ਸਮਾਂ ਕੇਸ ਚੱਲਣ ਦੇ ਬਾਵਜੂਦ ਵੀ ਕੇਸ ਦਾ ਕੋਈ ਸਿਰਾ ਬੰਨਾ ਨਹੀਂ ਲੱਗਿਆ ਆਖੀਰ ਸਰਕਾਰ ਜਾਂਦੀ ਰਹੀ ਜਦੋਂ ਅਕਾਲੀ ਦਲ ਦੀ ਸਰਕਾਰ ਜਾਂਦੀ ਰਹੀ ਤਾਂ ਕਾਂਗਰਸ ਦੀ ਸਰਕਾਰ ਆ ਗਈ ਤਾਂ ਫਿਰ ਉਸੇ ਹੀ ਵਿਜੀਲੈਂਸ ਦੇ ਜੀ ਨੇ ਪਹਿਲਾਂ ਚਾਰ ਸ਼ੀਟ ਪੇਸ਼ ਕੀਤੀ ਸੀ ਉਹਨਾਂ ਨੇ ਉਹਦੇ ਉੱਤੇ ਕਲੋਜ਼ਰ ਰਿਪੋਰਟ ਜਿਹੜੀ ਆ ਉਹ 2017 ਚ ਪੇਸ਼ ਕਰ ਦਿੱਤੀ ਜੇ 2017 ਚ ਕਲੋਜ਼ਰ ਰਿਪੋਰਟ ਪੇਸ਼ ਕਰ ਦਿੱਤੀ ਤਾਂ ਉਸ ਕਲੋਜ਼ਰ ਰਿਪੋਰਟ ਦੇ ਉਪਰੋਧ ਜਿਹੜੇ ਇਨਕੁਆਇਰੀ ਕਰਨ ਵਾਲੇ ਡੀਜੀਪੀ ਸੁਮੇਸ਼ ਸਿੰਘ ਸੈਣੀ ਤੇ ਐਸਐਸਪੀ ਕਮਰਜੀਤ ਸਿੰਘ ਉਹ ਕੋਰਟ ਦੇ ਵਿੱਚ ਗਏ ਕਿ ক্লোਜ਼ਰ ਰਿਪੋਰਟ ਗਲਤ ਪੇਸ਼ ਕੀਤੀ ਗਈ ਹੈ ਇਹਨਾਂ ਤੇ ਚਾਰ ਸ਼ੀਟ ਬਣਦੀ ਆ ਤੇ ਕਾਰਵਾਈ ਜਿਹੜੀ ਉਹ ਹੋਣੀ ਚਾਹੀਦੀ ਆ ਕੋਰਟ ਦੀ ਪ੍ਰोसीडिंग ਚਲਣੀ ਚਾਹੀਦੀ ਆ ਤੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਲੇਕਿਨ ਅਖੀਰ 28 ਨਵੰਬਰ ਨੂੰ ਲੁਧਿਆਣਾ ਦੀ ਕੋਰਟ ਨੇ ਵਿਜੀਲੈਂਸ ਦੀ ਜਿਹੜੀ ਕਲੋਜ਼ਰ ਰਿਪੋਰਟ ਸੀ ਉਹਨੂੰ ਅਸੈਪਟ ਕੀਤਾ ਤੇ ਸਾਰੇ ਦੇ ਸਾਰੀ ਦੋਚੀ ਜਿਹੜੇ ਉਹਨਾਂ ਨੂੰ ਬਰੀ ਕਰ ਦਿੱਤਾ ਹੁਣ ਸਵਾਲ ਇਹ ਆ ਕਿ 12 ਸਾਲ ਕੇਸ ਚੱਲਿਆ ਪਹਿਲਾਂ ਤਾਂ ਇਹ ਸੀ ਕਿ ਜਿਹੜਾ ਮੌਲ ਬਣਨਾ ਸੀ ਜਿਉ ਮੌਲ 'ਚ ਕੋਈ ਕਪਲਾ ਨਹੀਂ ਹੋਇਆ ਤਾਂ ਫਿਰ ਇਹ ਕੇਸ ਕਾਦੇ ਲਈ ਦਰਜ ਜਿਹੜਾ ਲੋਕਾਂ ਦੀ ਸਹੂਲਤ ਦੇ ਲਈ ਬਣਾਇਆ ਜਾਣਾ ਸੀ ਉਹ ਰੋਕਿਆ ਕਿਉਂ ਗਿਆ ਉਹ ਜਿਉਂ ਦਾ ਤਿਉਂ ਹੀ ਪਿਆ ਜਿਉਂ 'ਚ ਕਪਲਾ ਹੋਇਆ ਸੀ ਚਾਰ ਸ਼ੀਟ ਪੇਸ਼ ਕੀਤੀ ਗਈ ਸੀ ਤੇ ਇੰਨਾ ਲੰਬਾ ਸਮਾਂ ਐਸਡੀ ਪ੍ਰोसीडिंग ਨੂੰ ਕਿਉਂ ਲੱਗਿਆ ਉਹਦੇ ਬਾਅਦ ਸਰਕਾਰਾਂ ਬਦਲੀਆਂ ਸਰਕਾਰਾਂ ਬਦਲੀਆਂ ਤੇ ਆ ਕੇ ਹੁਣ ਜਿਹੜੀ ਕਲੋਜ਼ਰ ਰਿਪੋਰਟ ਪੇਸ਼ ਕਰ ਦਿੱਤੀ 12 ਸਾਲ ਸਰਕਾਰ ਦਾ ਵੀ ਕੋਰ ਦਾ ਵੀ ਤੇ ਪਬਲਿਕ ਦਾ ਵੀ ਸਭਾ ਜਿਹੜਾ ਉਹ ਜਾਇਆ ਕੀਤਾ ਗਿਆ ਲੇਕਨ ਕੋਈ ਠੋਸ ਨਤੀਜਾ ਨਹੀਂ ਨਿਕਲਿਆ આરોપી ਜਿਹੜੇ ਸੀ ਉਹ ਬਰੀ ਕਰ ਦਿੱਤੇ ਗਏ ਲੇਕਨ ਜਿਹੜਾ ਸਰਕਾਰ ਦਾ ਸੂਬੇ ਦਾ ਜਿਹੜਾ ਨੁਕਸਾਨ ਹੋਇਆ ਜਿਹੜਾ ਕਿ ਪਬਲਿਕ ਵੱਲੋਂ ਦਿੱਤੇ ਗਏ ਟੈਕਸ ਦੇ ਸਿਰ ਤੇ ਸਰਕਾਰਾਂ ਚੱਲਦੀਆਂ ਨੇ ਉਹ ਜਿਹੜਾ ਪੈਸਾ ਸੀ ਉਹਦੀ ਬਰਬਾਦੀ ਹੋਈ ਜਿਹੜਾ 1143 ਕਰੋੜ 2007 ਮਾਰਚ ਦੇ ਵਿੱਚ ਜਿਹੜਾ ਉਸ ਵੇਲੇ ਮਿਥਿਆ ਗਿਆ ਸੀ ਅੱਜ ਉਹਦੀ ਕੀਮਤ ਕੀ ਆ ਕਿਉਂਕਿ ਹਰ 5 ਸਾਲ ਬਾਅਦ ਬੈਂਕ ਵੀ ਜਿਹੜਾ ਉਹ ਜਿਹੜੇ ਤੁਹਾਡਾ ਡਿਪੋਜ਼ਿਟ ਹੁੰਦਾ ਉਹਨੂੰ ਜਿਹੜਾ ਉਹਨੂੰ ਡਬਲ ਕਰਨ ਦੀ ਜਿਹੜੀ ਆ ਉਹ ਗੱਲ ਕਰਦਾ ਹੈ ਜੇ ਉਹ ਹਸਾਮਨਾ ਵੀ ਮਾਪਿਆ ਜਾਵੇ ਤੇ 12 ਸਾਲ ਦਾ ਸਮਾਂ ਹੋ ਗਿਆ 12 ਸਾਲ ਬਾਅਦ આરોપી ਤਾਂ ਬਰੀ ਕਰ ਦਿੱਤੇ ਲੇਕਨ ਦੋਚੀ ਕੌਣ ਆ ਜਿਹੜਿਆਂ ਨੂੰ આરોપી ਬਣਾਇਆ ਇਹਨਾਂ ਨੂੰ ਬਰੀ ਕਰ ਦਿੱਤਾ ਗਿਆ ਕਿ ਜਿਨ੍ਹਾਂ ਨੇ ਕੇਸ ਦਰਜ ਕੀਤਾ ਸੀ ਉਹ ਰੋਪੀ ਸੀ ਜਾਂ ਉਹਨਾਂ ਦੇ ਪਿੱਛੇ ਬੈਠੇ ਕੇਸ ਦਰਜ ਕਰਵਾਉਣ ਵਾਲੇ આરોપી ਸੀ ਜਾਂ ਜਿਹੜੇ ਅੱਜ ਬਰੀ ਹੋਏ ਨੇ ਇਹ ਦੋਚੀ ਸੀ ਜਾਂ ਜਿਹੜਿਆਂ ਨੇ ਇਹਨਾਂ ਦੇ ਲਈ ਕਲੋਜ਼ਰ ਰਿਪੋਰਟ ਪੇਸ਼ ਕੀਤੀ ਤੇ ਇਹਨਾਂ ਨੂੰ ਬਰੀ ਕਰਾਇਆ ਕਿ ਉਹ ਦੋਸ਼ੀ ਨਹੀਂ ਇਹ ਦੋਸ਼ੀ ਲੱਪਣੇ ਪੈਣਗੇ ਇਹ ਪਹਿਲਾ ਕੇਸ ਨਹੀਂ ਹੈ ਇਸ ਤੋਂ ਪਹਿਲਾਂ 2006 ਦੇ ਵਿੱਚ ਹੀ ਇੱਕ ਕੇਸ ਹੋਰ ਵੀ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਆਇਆ ਸੀ ਉਹ ਅਮਰ ਨਿਊ ਅਮਰਸਰ ਦੇ ਵਿੱਚ ਸੀ ਇੰਪਰੂਵਮੈਂਟ ਟਰਸਟ ਦੀ 35 ਏਕੜ ਜ਼ਮੀਨ ਸੀ ਜਿਹੜੀ ਕਿ ਰਾਤੋਂ ਰਾਤ ਜਿਹੜੀ ਵੇਚੀ ਗਈ ਵੇਚ ਕੇ ਇੱਕ ਬਿਲਡਰ ਨੂੰ ਦਿੱਤੀ ਗਈ ਬਿਲਡਰ ਨੇ ਰਾਤੋਂ ਰਾਤ ਦੇ ਵਿੱਚ ਉਹਦੇ ਪਲਾਟ ਕੱਟ ਕੇ ਵੇਚ ਦਿੱਤੇ ਗਏ ਉਹ ਕੇਸ ਵੀ ਇਸੇ ਤਰ੍ਹਾਂ ਹੀ ਵਿਜੀਲੈਂਸ ਵੱਲੋਂ ਹੀ ਦਰਜ ਕੀਤਾ ਗਿਆ ਸੀ ਇਨਕੁਆਰੀ 2006 ਚ ਸ਼ੁਰੂ ਹੋਈ ਸੀ ਲੇਕਿਨ ਪਲਾਟ ਕੱਟ ਦਿੱਤੇ ਗਏ ਉੱਥੇ ਕਲੋਨੀ ਬਣ ਗਈ ਲੋਕਾਂ ਦੀ ਰਹਿائش ਬਣ ਗਈ ਲੋਕ ਉਹਦੇ ਚ ਰਹਿ ਰਹੇ ਨੇ ਉਹ ਕੇਸ ਵੀ ਜਦੋਂ ਅਕਾਲੀ ਦਲ ਦੀ ਸਰਕਾਰ 2007 ਚ ਆ ਗਈ ਜਿਹੜੀ ਇਨਕੁਆਰੀ ਚੱਲਦੀ ਸੀ ਉਹਦੇ ਚ ਅਕਾਲੀ ਦਲ ਨੇ ਉਸ ਵੇਲੇ ਕਾਂਗਰਸ ਕਹਿੰਦੀ ਹੈ ਕਿ ਅਕਾਲੀ ਦਲ ਦੇ ਇਸ਼ਾਰੇ ਦੇ ਉੱਤੇ ਉਹ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਉਹਦੇ ਵਿੱਚ ਅਮਰਸਰ ਦਾ ਜਿਹੜਾ ਉਸ ਵਕਤ ਦਾ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਸੀ ਉੱਥੇ ਜਿਹੜੇ ਬਿਲਡਰ ਸੀ ਬਾਪ ਪੁੱਤ ਦੋਨੋਂ ਉਹ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਇਹ ਤੋਂ ਤੱਕ ਉਸ ਵੇਲੇ ਲੋਕਲ ਬਾਡੀਜ਼ ਦਾ ਜਿਹੜਾ ਮੰਤਰੀ ਸੀ ਚੌਧਰੀ ਜਗਜੀਤ ਸਿੰਘ ਉਹ ਵੀ ਕੈਪਟਨ ਅਮਰਿੰਦਰ ਸਿੰਘ ਵੀ ਸਾਰੇ ਉਹਦੇ 'ਚ આરોપી ਸੀ ਲੇਕਿਨ ਕੀ ਹੋਇਆ ਕਿ ਉਹ ਕੇਸ ਵੀ ਬਹੁਤ ਲੰਬਾ ਸਮਾਂ ਲਟਕ ਗਿਆ ਲੰਬਾ ਸਮਾਂ ਲਟਕਣ ਦੇ ਬਾਅਦ ਜਿਹੜੇ આરોપી ਸੀ ਉਹ ਹਾਈ ਕੋਰਟ ਗਏ ਹਾਈ ਕੋਰਟ ਨੂੰ ਹਾਈ ਕੋਰਟ ਨੇ ਇੱਕ ਆਦੇਸ਼ ਦਿੱਤਾ ਕਿ ਇਸ ਕੇਸ ਦੀ ਰੀ ਇਨਵੈਸਟੀਗੇਸ਼ਨ ਹੋ ਜਾਵੇ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਰੀ ਇਨਵੈਸਟੀਗੇਸ਼ਨ ਦੇ ਵਿੱਚ ਵਿਜੀਲੈਂਸ ਨੇ ਕਲੋਜ਼ਰ ਰਿਪੋਰਟ ਜਿਹੜੀ ਕੋਰਟ 'ਚ ਪੇਸ਼ ਕਰ ਦਿੱਤੀ ਤੇ ਤਕਰੀਬਨ 2 ਸਾਲ ਤੋਂ ਵੱਧ ਦਾ ਸਮਾਂ ਉਹ ਕੇਸ ਫੇਰ ਲਟਕਿਆ ਕਲੋਜ਼ਰ ਰਿਪੋਰਟ ਦੇ ਉੱਪਰ ਵੀ ਤੇ ਅਖੀਰ 2 ਸਾਲ ਦੇ ਬਾਅਦ ਆ ਕੇ ਉਹ ਜਿਹੜਾ ਕੇਸ ਸੀ ਉਹ ਵੀ ਨਿਪਟ ਗਿਆ ਹੁਣ ਗਲਤ ਹੈ ਸਰਕਾਰਾਂ ਆਉਂਦੀਆਂ ਨੇ ਚਲੀਆਂ ਜਾਂਦੀਆਂ ਨੇ ਕੇਸ ਦਰਜ ਹੁੰਦੇ ਨੇ આરોપી ਬਰੀ ਹੋ ਜਾਂਦੇ ਨੇ ਨੁਕਸਾਨ ਕਿਦਾ ਹੋ ਰਿਹਾ ਸੂਬੇ ਦਾ ਸਟੇਟ ਦਿਨੋਂ ਦਿਨ ਨਿਗਰਦੀ ਜਾ ਰਹੀ ਹੈ ਝੂਠ ਜਿਹੜਾ ਉਹ ਵਹਿੀਰਾਂ ਕੱਤ ਕੇ ਵਿਦੇਸ਼ਾਂ ਨੂੰ ਜਾ ਰਿਹਾ ਜੌਬ ਦੀ ਤੁਹਾਡੇ ਕੋਲ ਵਸਤਾ ਨਹੀਂ ਹੈ ਕੇਵਲ ਤੇ ਕੇਵਲ ਝੂਠੇ ਲਾਰੇ ਲਾ ਕੇ ਤੁਸੀਂ ਸੱਤਾ 'ਚ ਹੁੰਦੇ ਹੋ ਸੱਤਾ 'ਚ ਆਉਣ ਤੋਂ ਬਾਅਦ ਤੁਸੀਂ ਆਪਣਾ ਕਾਰਜਕਾਲ ਜਿਹੜਾ 5 ਸਾਲ ਦਾ ਪੂਰਾ ਕਰਦੇ ਹੋ ਕੋਈ 10 ਸਾਲ ਦਾ ਪੂਰਾ ਕਰਦਾ ਤੇ ਤੁਸੀਂ ਘਰਾਂ ਨੂੰ ਤੁਰ ਜਾਂਦੇ ਹੋ ਲੇਕਿਨ ਪਬਲਿਕ ਦੀ ਹਾਲਤ ਦਿਨੋਂ-ਦਿਨ ਨਿਗਰਦੀ ਜਾ ਰਹੀ ਆ ਸੂਬੇ ਦੀ ਹਾਲਤ ਦਿਨੋਂ-ਦਿਨ ਨਿਗਰਦੀ ਜਾ ਰਹੀ ਆ ਸੂਬਾ ਕਿੱਥੇ ਜਾਏਗਾ ਪਬਲਿਕ ਕਿੱਥੇ ਜਾਏਗੀ ਇਹ ਸਵਾਲ ਆਉਣ ਵਾਲੇ ਦਿਨ ਜਿਹੜਾ ਉਹ ਖੜਾ ਦਿਖਾਈ ਜਿਉਂਦਾ ਤਿਉਂ ਦੇਵੇਗਾ ਲੇਕਿਨ ਸਰਕਾਰਾਂ ਦੇ ਕੰਮ ਤੇ ਜੂ ਨਹੀਂ ਸਰਕਦੀ ਇਹ ਵੱਖਰੀ ਗੱਲ ਆ ਕਿ ਕੋਰਟ ਨੇ ਫੈਸਲਾ ਜਿਹੜਾ ਉਹ ਐਵੀਡੈਂਸ ਦੇ ਬਿਹਾਵ ਤੇ ਦੇਣਾ ਜਦੋਂ ਇਨਵੈਸਟੀਗੇਸ਼ਨ ਕਰਨ ਵਾਲੀ ਟੀਮ ਜਿਹੜੀ ਆ ਉਹੀ ਏਜੰਸੀ ਜਿਹੜੀ ਆ ਉਹੀ ਜਦੋਂ ਕਲੋਜ਼ਰ ਰਿਪੋਰਟ ਪੇਸ਼ ਕਰ ਦੇਗੀ ਤਾਂ ਅਖੀਰ ਜਿਹੜੀ ਕੋਰਟ ਆ ਉਹਨੂੰ ਉਹਦੇ ਤੇ ਜਿਹੜੀ ਮੋਹਰ ਲਾਉਣੀ ਪੈਂਦੀ ਆ ਤੇ આરોપી ਜਿਹੜੇ ਉਹਨਾਂ ਨੂੰ ਬਰੀ ਕਰਨਾ ਪੈਂਦਾ ਇਹੀ ਕੁਛ ਕੈਪਟਨ ਅਮਰਿੰਦਰ ਸਿੰਘ ਤੇ ਉਹਦੀ ਟੀਮ ਨਾਲ ਹੋਇਆ ਇਹ ਕੁਛ ਪਹਿਲਾਂ ਬਾਦਲ ਪਰਿਵਾਰ ਤੇ ਉਹਦੇ ਪੂਰੇ ਦੇ ਪੂਰੇ ਟੀਮ ਦੇ ਨਾਲ ਵੀ ਇਹੀ ਕੁਝ ਹੋ ਚੁੱਕਿਆ ਜਿਹੜੇ ਕੇਸ ਉਹਨਾਂ ਤੇ 2002 ਤੋਂ 2007 ਤੱਕ ਦਰਜ ਕੀਤੇ ਗਏ ਸੀ ਜਦੋਂ 2007 'ਚ ਉਹ ਦੁਬਾਰਾ ਪਾਵਰ 'ਚ ਆਏ ਤਾਂ ਉਹ ਕੇਸ ਸਾਰੇ ਦੇ ਸਾਰੇ ਜਿਹੜੇ ਸੀਗੇ ਇਸੇ ਤਰ੍ਹਾਂ ਹੀ ਵਿਜੀਲੈਂਸ ਨੇ ਕਲੋਜ਼ਰ ਰਿਪੋਰਟ ਪੇਸ਼ ਕਰਕੇ ਗਵਾਹਾਂ ਨੂੰ ਮੁਕਰਾ ਕੇ ਇਸੇ ਤਰ੍ਹਾਂ ਉਹ ਕੇਸ ਵੀ ਜਿਹੜੇ ਉਹ ਖਤਮ ਕਰ ਦਿੱਤੇ ਸੀ ਤੇ ਉਹ ਪਰਿਵਾਰ ਵੀ ਪੂਰਾ پاک ਸਾਫ ਹੋ ਕੇ ਦੁਬਾਰਾ ਸਿਆਸਤ ਦੇ ਵਿੱਚ ਵੱਡੀ ਧਿਰ ਬਣ ਕੇ ਆਇਆ ਤੇ ਇਹ ਹੀ ਕੁਛ ਕੈਪਟਨ ਅਮਰਿੰਦਰ ਸਿੰਘ ਤੇ ਉਹਦਾ ਪਰਿਵਾਰ ਤੇ ਉਹਦੇ ਬਾਕੀ ਲਾਮ ਲਸ਼ਕਰ ਜਿਹੜਾ ਉਹ ਵੀ ਵੱਡਾ ਜਿਹੜਾ ਆਪਣਾ ਆਪ ਨੂੰ ਪਾਕ ਸਾਫ ਜਿਹੜਾ ਉਹ ਕਰਕੇ ਇਸ ਵळे ਉਹ ਸੱਤਾ ਦੇ ਵਿੱਚ ਦੁਬਾਰਾ ਜਿਹੜਾ ਫੇਰ ਆਉਣ ਦੀ ਦੂਸਰੀ ਵਾਰੀ ਦੀ ਆਸ ਜਿਹੜੀ ਉਹ ਜਗਾ ਕੇ ਬੈਠ ਗਿਆ ਲੇਕਿਨ ਜਿਹੜਾ ਸੂਬੇ ਦਾ ਨੁਕਸਾਨ ਹੋਇਆ ਇਹ ਤਿੰਨ ਵੱਡੇ ਘਟਾਲੇ ਜਿਹੜੇ ਮਿੱਥੇ ਗਏ ਦੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਤੇ ਇੱਕ ਜਿਹੜੀ ਲੁੱਟ ਮਚੀ ਗਈ ਸੀਗੀ 1997 ਤੋਂ 2002 ਤੱਕ ਅਕਾਲੀ ਦਲ ਦੀ ਸਰਕਾਰ ਵੇਲੇ ਉਹਦੇ ਪਰਚੇ ਦਰਜ ਹੋਏ ਸੀ ਉਹ ਜਿਹੜੇ ਦਰਜ ਹੋਏ ਕੇਸ ਉਹਨਾਂ ਦਾ ਕੁਝ ਨਹੀਂ ਨਿਪਟਿਆ ਨਾ ਉਹ ਸਰਕਾਰ ਵੇਲੇ ਨਾ ਇਸ ਵੇਲੇ ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਤਾਂ ਇੱਕ ਜਿਹੜੀ ਕਲੋਜ਼ਰ ਰਿਪੋਰਟ ਸੀ ਉਹ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਪੇਸ਼ ਕਰ ਦਿੱਤੀ ਗਈ। ਦੂਸਰੀ ਕਲੋਜ਼ਰ ਰਿਪੋਰਟ ਜਿਹੜੀ ਉਹ ਕਾਂਗਰਸ ਸਰਕਾਰ ਆਉਣ ਵੇਲੇ ਲੇਕਿਨ ਅਕਾਲੀ ਦਲ ਨੇ ਕੀ ਕੀਤਾ ਜਦੋਂ ਅਕਾਲੀ ਦਲ 2767 ਚ ਆਇਆ ਤਾਂ ਉਹਨਾਂ ਨੇ ਪੂਰੇ ਦੇ ਪੂਰੇ ਗਵਾਹ ਹੀ ਮੁਕਰਾ ਦਿੱਤੇ ਇਵਨ ਕਿ ਜਿਹੜੀ ਇਨਵੈਸਟੀਗੇਸ਼ਨ ਟੀਮ ਸੀ ਬਾਅਦ ਦੇ ਵਿੱਚ ਉਹਦੇ ਵਿਰੁੱਧ ਕੋਰਟ ਵੱਲੋਂ ਕਾਰਵਾਈ ਕੀਤੀ ਗਈ ਕਿ ਕਿਉਂਕਿ ਉਸ ਵੇਲੇ ਪ੍ਰੈਸ਼ਰ 'ਚ ਉਹਨਾਂ ਨੇ ਗਵਾਹ ਮੁਕਰਾ ਦਿੱਤੇ ਲੇਕਿਨ ਬਾਅਦ 'ਚ ਕੋਰਟ ਦਾ ਸਾਹਮਣਾ ਉਸ ਇਨਵੈਸਟੀਗੇਸ਼ਨ ਟੀਮ ਨੂੰ ਕਰਨਾ ਪਿਆ ਕਿ ਤੁਸੀਂ ਗਲਤ ਕੇਸ ਕਿਉਂ ਦਰਜ ਕੀਤਾ ਜੇ ਇਹ ਕੇਸ ਬਣਦਾ ਨਹੀਂ ਸੀ ਤੁਸੀਂ ਦਰਜ ਕਿਉਂ ਕੀਤਾ ਇਹ ਹਾਲਾਤਾਂ ਬਣੀਆਂ ਨੇ ਲੇਕਿਨ ਸਟੇਟ ਦੀ ਹਾਲਾਤ ਕੋਈ ਬਹੁਤ ਵਧੀਆ ਨਹੀਂ ਸੂਬੇ ਦਾ ਖਜ਼ਾਨਾ ਮੰਤਰੀ ਮੁੱਖ ਮੰਤਰੀ ਨੂੰ ਚਿੱਠੀ ਲਿਖਦਾ ਹੈ ਇੱਕ ਪੱਤਰ ਲਿਖਿਆ ਗਿਆ ਉਹਦੇ ਚ ਨਿਗਰ ਰਹੀ ਜਿਹੜੀ ਹਾਲਾਤ ਆ ਉਹਦਾ ਜ਼ਿਕਰ ਕੀਤਾ ਗਿਆ ਇੱਥੇ ਨਹੀਂ ਰੁਕਿਆ ਸੂਬੇ ਦੇ ਖਜ਼ਾਨਾ ਮੰਤਰੀ ਨੇ ਕਿਹਾ 4100 ਕਰੋੜ ਤੋਂ ਵੱਧ ਦਾ ਜੀਐਸਟੀ ਦਾ ਜਿਹੜਾ ਰਿਫੰਡ ਆ ਉਹ ਕੇਂਦਰ ਸਰਕਾਰ ਵਾਪਸ ਨਹੀਂ ਕਰ ਰਹੀ ਤੇ ਸੂਬੇ ਦੇ ਕੋਲੇ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਜੋਗੇ ਪੈਸੇ ਨਹੀਂ ਬਚੇ। ਸਟੇਟ ਜਾ ਕਿੱਧਰ ਰਹੀ ਆ। ਜਿਹੜੀ ਕਿਸੇ ਟਾਈਮ ਪੂਰੇ ਭਾਰਤ ਦੇ ਵਿੱਚ ਇੱਕ ਨੰਬਰ ਦੀ ਸਟੇਟ ਹੋਇਆ ਕਰਦੀ ਸੀ ਉਹ ਸਟੇਟ ਦੀ ਹਾਲਾਤ ਨਿਕਰ ਗਈ ਆ। ਕਿੱਧਰ ਨੂੰ ਜਾ ਰਹੀ ਆ ਸਟੇਟ? ਕੈਪਟਨ ਅਮਰਿੰਦਰ ਸਿੰਘ ਪਹਿਲਾਂ ਜਿਮਨੀ ਚੋਣਾ ਚੇ ਬੀਜੀ, ਉਹਦੇ ਬਾਅਦ 550 ਸਾਲਾ ਪ੍ਰਕਾਸ਼ਪੁਰਬ ਦੇ ਵਿੱਚ ਬੀਜੀ ਤੇ ਉਹਦੇ ਬਾਅਦ ਵਿਦੇਸ਼ੀ ਦੌਰਾ ਤੇ 3 ਮਹੀਨੇ ਇਸੇ ਚ ਹੀ ਗੁਜ਼ਰ ਗਏ। ਸਕੱਤਰੇਤਿਬ ਖਾਲੀ ਪਿਆ ਅਫਸਰ ਜਿਹੜੇ ਉਹ ਆਪਣੇ ਦਫਤਰਾਂ ਚ ਨਹੀਂ ਮਿਲਦੇ ਪਬਲਿਕ ਸੜਕਾਂ ਤੇ ਆ ਕਿਸੇ ਦਾ ਕੋਈ ਵਾਲੀ ਵਾਰਸ ਨਹੀਂ ਹੈ ਕਿੱਧਰ ਨੂੰ ਜਾ ਰਿਹਾ ਸਾਰਾ ਕੁਝ ਇਸੇ ਦੇ ਹੀ ਸੰਦਰਭ ਦੇ ਵਿੱਚ ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਪਟਿਆਲੇ ਦੇ ਵਿੱਚ ਚਾਰ ਵਿਧਾਇਕ ਚਤਰਾਣੇ ਹਲਕੇ ਤੋਂ ਵਿਧਾਇਕ ਨਿਰਮਲ ਸਿੰਘ ਸਮਾਣੇ ਹਲਕੇ ਤੋਂ ਵਿਧਾਇਕ ਕਾਕਾ ਰਜਿੰਦਰ ਸਿੰਘ ਔਰ ਕਨੌਰ ਹਲਕੇ ਤੋਂ ਵਿਧਾਇਕ ਠੇਕੇਦਾਰ ਮਦਨ ਲਾਲ ਜਲਾਲਪੁਰ ਤੇ ਰਾਜਪੁਰੇ ਹਲਕੇ ਤੋਂ ਵਿਧਾਇਕ ਹਰदयाल ਸਿੰਘ ਕੰਬੋਜ ਚਾਰੇ ਹੀ মিডিਆ 'ਚ ਆ ਗਏ ਇੱਥੋਂ ਤੱਕ ਕੇ ਸਭ ਤੋਂ ਪਹਿਲਾ ਵਾਵੇਲਾ ਇਹ ਹੋਇਆ ਕਿ ਚਾਰੇ ਦੇ ਚਾਰੇ ਹੀ ਜਿਸ ਦਿਨ ਗ੍ਰਿਵੈਂਸਸ ਕਮੇਟੀ ਦੀ ਮੀਟਿੰਗ ਹੋਈ ਜੀ ਦੀ ਪ੍ਰਧਾਨਗੀ ਜਿਹੜੀ ਆ ਉਹ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੀਤੀ ਉਹਦੇ ਵਿੱਚ ਚਾਰਾਂ ਨੇ ਮੰਗ ਰੱਖੀ ਕਿ ਸਾਡੇ ਇਹ ਤਾਂ ਤਾਂ ਕਿ ਕਾਕਾ ਰਜਿੰਦਰ ਸਿੰਘ ਦੀ ਮੰਗ ਸੀ ਸਮਾਣਾ ਸੀਆਈਏ ਦਾ ਮੁਖੀ ਜਿਹੜਾ ਉਹ ਮੇਰਾ ਫੋਨ ਟੇਪ ਕਰ ਰਿਹਾ ਤੇ ਉਹਨੇ ਉਸ ਨਾਲ ਗੱਲ ਕੀਤੀ ਤੇ ਉਹਨੂੰ ਘਰ ਬੁਲਾਇਆ ਤੇ ਉਹ ਕਹਿੰਦਾ ਕਿ ਉਹਨੇ ਜਦੋਂ ਘਰ ਵੀ ਬੁਲਾਇਆ ਤਾਂ ਉਹ ਕਹਿੰਦਾ ਜੀ ਮੇਰੀ ਤਾਂ ਡਿਊਟੀ ਆ ਮੈਂ ਤਾਂ ਟੇਪ ਹਮੇਸ਼ਾ ਕਰਦਾ ਤਾਂ ਮੈਂ ਕਰਨੀ ਆ ਉਹਦੀ ਮੰਗ ਉੱਠੀ ਉਹਦੀ ਬਦਲੀ ਕੀਤੀ ਗਈ ਬਦਲੀ ਕਿੱਥੇ ਕੀਤੀ ਗਈ ਕਿ ਉਹਨੂੰ ਸਮਾਣੇ ਤੋਂ ਚੱਕ ਕੇ ਨਾਬੇ ਲਗਾ ਦਿੱਤਾ ਗਿਆ ਦੂਸਰੀ ਮੰਗ ਸੀ ਕਿ ਸਾਡੀ ਕਚਹਿਰੀ ਦੇ ਵਿੱਚ ਤਹਿਸੀਲ ਦੇ ਵਿੱਚ ਜਿਹੜੀ ਉਹ ਸੁਣਵਾਈ ਨਹੀਂ ਹੈ ਨਾ ਤਹਿਸੀਲਦਾਰ ਸਾਡੀ ਸੁਣਦਾ ਨਾ ਨਵੇਂ ਤਹਿਸੀਲਦਾਰ ਸੁਣਦਾ ਨਾ ਸਾਡੀ ਐਸਡੀਐਮ ਸੁਣਦਾ ਇੱਥੋਂ ਤੱਕ ਕੇ ਜਿਹੜਾ ਨਿਰਮਲ ਸਿੰਘ ਛਤਰਾਣਾ ਸੀ ਵਿਧਾਇਕ ਛਤਰਾਣੇ ਦਾ ਉਹਨੇ ਕਿਹਾ ਕਿ ਤਹਿਸੀਲਦਾਰ ਸ਼ਰਿਆਂ ਪੈਸੇ ਲੈ ਰਿਹਾ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਅਲੱਗ-ਅਲੱਗ ਟੀਵੀ ਚੈਨਲਾਂ ਤੇ ਉਹਨਾਂ ਦੀਆਂ ਸਟੇਟਮੈਂਟਾਂ ਆਈਆਂ ਉਹ ਕਹਿੰਦਾ ਵੀ ਮੇਰੇ ਕਹਿਣ ਦੇ ਉੱਤੇ ਜੇ ਮੈਂ ਫੋਨ ਕਰਦਾ ਤਾਂ ਉਹ ਕਹਿੰਦਾ ਠੀਕ ਆ ਜੀ ਜੇ 15000 ਲੈਣਾ ਤੇ ਤੁਸੀਂ 10 ਦੇ ਦੋ ਐਮਐਲਏ ਸਾਫ ਕਰਕੇ 5000 ਜਿਹੜਾ ਉਹ ਕੱਟ ਕਰ ਦਿੱਤਾ ਇਤੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਾਤੜਾਂ ਦੇ ਵਿੱਚ ਜਿਹੜੀ ਅਨਾਜ ਮੰਡੀ ਸੀ ਉਹ ਬਣਾਉਣ ਦਾ ਐਲਾਨ ਕੀਤਾ ਸੀ ਕਿ ਸ਼ਹਿਰ ਤੋਂ ਬਾਹਰ ਕੱਢਣੀ ਆ ਲੇਕਿਨ ਉਹ ਬਣਾਈ ਨਹੀਂ ਗਈ ਉਹਦੇ ਲਈ ਜਦੋਂ ਆੜਤੀਏ ਜਿਹੜੇ ਸੀ ਉਹ ਇਕੱਠੇ ਹੋ ਕੇ ਧਰਨਾ ਦੇਣ ਲੱਗੇ ਤਾਂ ਐਮਐਲਏ ਨੂੰ ਉਹਨਾਂ ਕਿਹਾ ਸਾਡੇ ਨਾਲ ਬੈਠੋ ਤਾਂ ਐਮਐਲਏ ਦਾ ਬੈਠਣੀ ਮਜਬੂਰੀ ਸੀ ਐਮਐਲਏ ਤਰਨੇ ਤੇ ਬੈਠ ਗਿਆ ਉਹਦਾ ਵਾਅ ਵਿਲਾ ਹੋਇਆ ਉਹ ਕਹਿੰਦਾ ਮੈਂ ਪਬਲਿਕ ਦਾ ਨਮਾਇੰਦਾ ਮੈਂ ਪਬਲਿਕ ਦੀ ਗੱਲ ਕਰਨੀ ਹੈ ਇਹੀ ਕੁਛ ਮਦਨ ਲਾਲ ਜਲਾਲਪੁਰ ਨਾਲ ਹੋਇਆ ਮਦਨ ਨਾਲ ਜਲਾਲਪੁਰ ਘਨੌਰ ਦਾ ਐਮਐਲਏ ਆ ਉਹਦੇ ਵਰਕਰਾਂ ਨੂੰ ਪਹਿਲਾਂ ਪਿੰਡ 'ਚ ਕੁੱਟਿਆ ਗਿਆ ਜੇ ਹਸਪੀਟਲ ਦਾਖਲ ਹੋ ਤੇ ਹਸਪੀਟਲ 'ਚ ਆ ਕੇ ਕੁੱਟਿਆ ਗਿਆ ਉਹਨੇ ਪੁਲਿਸ ਨੂੰ ਕਿਹਾ ਕਿ ਅਦੋਚੀ ਫੜੋ ਲੇਕਿਨ ਫੜੇ ਨਹੀਂ ਗਿਆ ਲੇਕਿਨ ਉਹਨੂੰ ਵੀ ਗਰੀਵੈਂਸ ਕਮੇਟੀ 'ਚ ਆ ਕੇ ਗੱਲ ਰੱਖਣੀ ਪਈ। ਇਹੀ ਕੁਝ ਹਰदयाल ਸਿੰਘ ਕੰਬੋਜ ਦੇ ਨਾਲ ਹੋਇਆ। ਇੱਥੋਂ ਤੱਕ ਕਿ ਹਰदयाल ਸਿੰਘ ਕੰਬੋਜ ਜਦੋਂ 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹੀ ਆ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਦੇ ਵਿੱਚ ਸਭ ਤੋਂ ਨਜ਼ਦੀਕੀ ਉਹਨੂੰ ਮੰਨਿਆ ਜਾਂਦਾ ਸੀ ਤੇ ਪੂਰੇ ਪੰਜਾਬ ਦੇ ਕੰਮ ਉਹ ਇਕੱਲਾ ਕਰਾਉਂਦਾ ਸੀ ਉਸ ਵਕਤ ਉਹ ਐਮ.ਐਲ.ਏ ਨਹੀਂ ਸੀ। ਲੇਕਿਨ ਐਮ.ਐਲ.ਏ ਬਣ ਕੇ ਉਹਦੀ ਵਕਤ ਕੀ ਪਈ। ਇਹੀ ਹਾਲਾਤ ਕਾਕਾ ਰਜਿੰਦਰ ਸਿੰਘ ਦੀ ਕਾਕਾ ਰਜਿੰਦਰ ਸਿੰਘ ਲਾਲ ਸਿੰਘ ਦਾ ਬੇਟਾ ਹੈ ਲਾਲ ਸਿੰਘ ਉਹ ਸੀ ਜਿਹੜੇ ਇਸ ਵਕਤ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਲੇਕਿਨ 2002 ਤੋਂ 2007 ਤੱਕ ਉਹ ਕੈਬਨਿਟ 'ਚ ਦੂਜੇ ਨੰਬਰ ਦੇ ਵਜ਼ੀਰ ਸੀ ਤੇ ਸਭ ਤੋਂ ਵੱਧ ਉਹਨਾਂ ਦੀ ਚਲਦੀ ਸੀ ਲੇਕਿਨ ਇਸ ਵਕਤ ਹਾਲਾਤ ਇਹ ਬਣੀ ਪਈ ਆ ਕਿ ਕਾਕਾ ਰਜਿੰਦਰ ਸਿੰਘ ਵੀ ਛੜਕਤੇ ਆ ਨਿਰਮਲ ਸਿੰਘ ਛਤਰਾਣਾ ਵੀ ਛੜਕਤੇ ਆ ਔਰ ਮਦਨ ਲਾਲ ਜਲਾਲਪੁਰ ਵੀ ਛੜਕਤੇ ਅਤੇ ਹਰदयाल ਸਿੰਘ ਕੰਬੋਜ ਵੀ ਛੜਕਤੇ ਆ ਸਭ ਤੋਂ ਪਹਿਲਾਂ ਸਨੀਲ ਜਾਖੜ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਉਹਨਾਂ ਦੀ ਡਿਊਟੀ ਲਾਈ ਗਈ ਕਿ ਤੁਸੀਂ ਇਹਨਾਂ ਚਾਰਾਂ ਦੇ ਨਾਲ ਬੈਠ ਕੇ ਗੱਲ ਕਰੋ ਲੇਕਿਨ ਉੱਥੇ ਵੀ ਉਹਨਾਂ ਚਾਰਾਂ ਦੀ ਨਾ ਤਸੱਲੀ ਹੋਈ ਤੇ ਨਾ ਹੀ ਜਾਖੜ ਸਾਹਿਬ ਉਹਨਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾ ਸਕੇ ਇੱਥੇ ਗੱਲ ਨਹੀਂ ਰੁਕੀ ਇਸ ਤੋਂ ਬਾਅਦ ਮਹਾਰਾਣੀ ਪ੍ਰਨੀਤ ਕੌਰ ਨੇ ਚਾਰਾਂ ਨੂੰ ਬੁਲਾ ਕੇ ਉਹਨਾਂ ਨਾਲ ਮੀਟਿੰਗ ਕੀਤੀ ਲੇਕਿਨ ਉਹਨਾਂ ਚਾਰਾਂ ਦੀ ਤਸੱਲੀ ਮਹਾਰਾਣੀ ਪ੍ਰਨੀਤ ਕੌਰ ਵੀ ਨਹੀਂ ਕਰਾ ਸਕੇ ਫਿਰ ਕੈਪਟਨ ਸੰਦੀਪ ਸੰਧੂ ਜਿਹੜੇ ਕਿ ਮੁੱਖ ਮੰਤਰੀ ਦੇ OSD ਨੇ ਜਿਹੜੇ ਕਿ ਦਾਖਾ ਹਲਕੇ ਤੋਂ ਚੋਣ ਹਾਰ ਕੇ ਵੀ ਆਏ ਨੇ ਉਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਤਾਂ ਅਖੀਰ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਹਿ ਦਿੱਤਾ ਕਿ ਸੰਦੀਪ ਸੰਧੂ ਕੌਣ ਹੈ ਸੰਦੀਪ ਸੰਧੂ ਤਾਂ ਇੱਕ ਕਲਰਕ ਆ ਲੇਕਿਨ ਜਿਹੜਾ ਵਿਧਾਇਕ ਆ ਵਿਧਾਇਕ ਦਾ ਜਿਹੜਾ ਦਰਜਾ ਉਹ ਮੁੱਖ ਸਕੱਤਰ ਤੋਂ ਉੱਪਰ ਹੈ ਯਾਨੀ ਕਿ ਚੀਫ ਸੈਕਟਰੀ ਤੋਂ ਵੀ ਉੱਪਰ ਆ ਉਹਦਾ ਤੇ ਅਸੀਂ ਇੱਕ ਕਲਰਕ ਦੀ ਨਹੀਂ ਸੁਣਾਂਗੇ ਉਚਾਰਾ ਨਿਰਮਲ ਸਿੰਘ ਛਤਰਾਣਾ ਤੇ ਇੱਥੋਂ ਤੱਕ ਕਹਿੰਦਾ ਕਹਿੰਦੇ ਕਿ ਮੈਂ ਜਦੋਂ ਮੇਰੇ ਤਹਿਸੀਲਦਾਰ ਨੇ ਮੈਨੂੰ ਤੰਗ ਕੀਤਾ ਤਾਂ ਮੈਂ ਗੁਰਪ੍ਰੀਤ ਸਿੰਘ ਕਾਂਗੜ ਜਿਹੜੇ ਇਸ ਡਿਪਾਰਟਮੈਂਟ ਦੇ ਮੰਤਰੀ ਮੈਂ ਉਹਨਾਂ ਕੋਲ ਗਿਆ ਮੈਂ ਕਿਹਾ ਜੀ ਇਹ ਗਲਤ ਬੰਦਾ ਲਾਇਆ ਕਿੰਨੇ ਲਾਇਆ ਉਹ ਕਹਿੰਦੇ ਜੀ ਮੈਂ ਨਹੀਂ ਲਾਇਆ ਇਹ ਸੀਐਮ ਹਾਊਸ ਤੋਂ ਲੱਗਾ ਤੁਸੀਂ ਉਹਨਾਂ ਨਾਲ ਗੱਲ ਕਰੋ ਉਹ ਕਿਤੇ ਮੋੜ ਆਇਆ ਮੈਂ ਦੁਬਾਰਾ ਗਿਆ ਕਹਿੰਦੇ ਮੈਂ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਐਮਪੀ ਸਿੰਘ ਕੋਲੇ ਗਿਆ ਮੈਂ ਉਹਦੇ ਨਾਲ ਜਾ ਕੇ ਗੱਲ ਕੀਤੀ ਉਹਨੂੰ ਕਿਹਾ ਕਿ ਦੇਖੋ ਮੈਨੂੰ ਇਹ ਪਰੇਸ਼ਾਨ ਕਰਦਾ ਮੇਰੇ ਹਲਕੇ 'ਚ ਇਹ ਪੈਸੇ ਲੈ ਤੋ ਬਗੈਰ ਕੋਈ ਕੰਮ ਨਹੀਂ ਹੁੰਦਾ ਤੁਸੀਂ ਇਹਨੂੰ ਬਦਲ ਦਿਓ ਕਿ ਇਹ ਮਹਿਲ ਕਿ ਇਹ ਮੁੱਖ ਮੰਤਰੀ ਹਾਊਸ ਤੋਂ ਲੱਗਾ ਹੋਇਆ ਹੈ ਮੰਤਰੀ ਕਹਿ ਰਿਹਾ ਕਿ ਮੁੱਖ ਮੰਤਰੀ ਹਾਊਸ ਤੋਂ ਇਹਦੀ ਨਿਯੁਕਤੀ ਜਿਹੜੀ ਉਹ ਹੋਈ ਆ ਤੁਸੀਂ ਇਹਨੂੰ ਬਦਲ ਦਿਓ ਉਹ ਕਹਿੰਦੇ ਠੀਕ ਆ ਅੱਜ ਸ਼ਾਮ ਤੱਕ ਜਾਂ ਕੱਲ੍ਹ ਸ਼ਾਮ ਤੱਕ ਮੈਂ ਤੇਰੀ ਗੱਲ ਜਿਹੜੀ ਆ ਉਹ ਮੁੱਖ ਮੰਤਰੀ ਸਾਹਿਬ ਨਾਲ ਕਰਵਾਵਾਂਗਾ ਲੇਕਿਨ ਕਹਿੰਦੇ ਕਿ 5 ਮਹੀਨੇ ਤੋਂ ਉੱਪਰ ਦਾ ਸਮਾਂ ਨਿਕਲ ਗਿਆ ਤੇ ਮੇਰੀ ਮੈਨੂੰ ਅੱਜ ਤੱਕ ਫੋਨ ਹੀ ਨਹੀਂ ਆਇਆ ਤਾਂ ਮੈਂ ਅਖੀਰ ਦੁਖੀ ਹੋ ਕੇ ਘਰ ਬੈਠ ਗਿਆ ਇਹ ਹਾਲਾਤਾਂ ਜੇ ਵਿਦੈਕਾਂ ਦੀਆਂ ਨੇ ਤਾਂ ਆਮ ਪਬਲਿਕ ਦੀ ਕੀ ਹਾਲਾਤ ਹੈ ਕੈਪਟਨ ਅਮਰਿੰਦਰ ਸਿੰਘ ਜ਼ਮੀਨ ਤੇ ਹੈ ਨੇ ਜਾਂ ਨਹੀਂ ਹੈ ਇਹ ਲੋਕਾਂ ਦੇ ਮਨਾਂ 'ਚ ਵੱਡਾ ਸਵਾਲ ਖੜਾ ਇੱਥੇ ਨਹੀਂ ਇਸ ਤੋਂ ਪਹਿਲਾਂ ਸਰਜੀਤ ਸਿੰਘ ਤਮਾਨੇ ਵੀ ਬਗਾਵਤ ਕੀਤੀ ਸੀ ਇਸ ਤੋਂ ਪਹਿਲਾਂ ਕਲਬੀਰ ਸਿੰਘ ਜੀਰਾ ਐਮਐਲਏ ਨੇ ਵੀ ਕੀਤੀ ਸੀ ਇਸ ਤੋਂ ਪਹਿਲਾਂ ਦਰਸ਼ਨ ਸਿੰਘ ਬਰਾੜ ਐਮਐਲਏ ਨੇ ਵੀ ਕੀਤੀ ਸੀ ਹਾਲਾਤ ਕੀ ਬਣੀ ਹੋਏ ਨੇ ਕਿ ਸੂਬੇ ਦੇ ਅੰਦਰ ਵਿਧਾਇਕ ਜਿਹੜੇ ਆ ਜੇ ਉਹਦੀ ਗੱਲ ਨਹੀਂ ਸੁਣੀ ਜਾਏਗੀ ਉਹ ਆਪਣੇ ਹਲਕੇ ਦੇ ਕੰਮ ਨਹੀਂ ਕਰਵਾ ਸਕੇਗਾ ਤਾਂ ਫਿਰ ਕੰਮ ਕਿਦੇ ਹੋਣਗੇ ਕੀ ਸਰਕਾਰ ਵਾਕਈ ਸਰਕਾਰ ਚਲਾ ਰਹੀ ਹੈ ਕਿ ਜਾਂ ਬਿਊਰੋਕ੍ਰੇਸੀ ਹੈ ਹਾਲਾਤ ਇਹ ਬਣੀ ਹੋਏ ਨੇ ਕਿ ਸਕੂਲਾਂ ਦੇ ਮਾਸਟਰਾਂ ਨੂੰ ਐਜੂਕੇਸ਼ਨ ਸੈਕਟਰੀ ਕ੍ਰਿਸ਼ਨ ਕੁਮਾਰ ਵੱਲੋਂ ਛਿੱਕੇ ਤੇ ਟੰਗਿਆ ਗਿਆ ਹੈ ਮਾਸਟਰ ਤਾਂ ਹਾਂ ਮਾਰਦੇ ਨੇ ਲਿਕਨ ਉਹਨਾਂ ਦੀ ਕੋਈ ਸੁਣਨ ਵਾਲਾ ਨਹੀਂ ਹੈ ਹਾਲਾਤ ਇਹ ਬਣੇ ਪੈ ਨਹੀਂ ਜਿਹੜਾ ਮਾਸਟਰ ਹੈ ਉਹ ਪ੍ਰੋਮੋਸ਼ਨ ਲੈ ਕੇ ਲੈਕਚਰਰ ਨਹੀਂ ਬਣਨਾ ਚਾਹੁੰਦਾ ਉਹਨੂੰ ਪਤਾ ਬਣਿਆ ਤਾਂ ਮੇਰਾ ਜ਼ਿਲ੍ਹਾ ਚੇਂਜ ਕਰਕੇ ਪਤਾ ਨਹੀਂ ਕਿਹੜੇ ਚ ਸੁੱਟ ਦਿੱਤਾ ਜਾਏਗਾ ਜਿਹੜਾ ਲੈਕਚਰਰ ਹੈ ਉਹ ਪ੍ਰਿੰਸੀਪਲ ਦੀ ਬਣਨਾ ਚਾਹੁੰਦਾ ਉਹ ਕਹਿੰਦਾ ਮੈਂ ਜਿੱਥੇ ਬੈਠਾ ਬੈਠਾ ਰਹਿਣ ਦੋ ਜੇ ਮੈਂ ਪ੍ਰਿੰਸੀਪਲ ਬਣ ਗਿਆ ਮੈਨੂੰ ਮੇਰੇ ਜ਼ਿਲ੍ਹੇ ਤੋਂ ਬਾਹਰ ਸੁੱਟ ਦਿੱਤਾ ਜਾਣਾ ਮੇਰੀ ਜ਼ਿਲ੍ਹੇ 'ਚ ਦੁਬਾਰਾ ਵਾਪਸੀ ਨਹੀਂ ਆਉਣੀ ਪ੍ਰਿੰਸੀਪਲ ਜਿਹੜਾ ਉਹ ਡੀਓ ਦੀ ਪ੍ਰੋਮੋਸ਼ਨ ਲੈਣ ਲਈ ਤਿਆਰ ਕ੍ਰਿਸ਼ਨ ਕੁਮਾਰ ਦੀ ਹਾਲਾਤ ਕੀ ਆ ਕਿ ਕ੍ਰਿਸ਼ਨ ਕੁਮਾਰ ਨੇ ਹਮੇਸ਼ਾ ਹੀ ਛੋਟੇ ਅਫਸਰਾਂ ਦੇ ਸਾਹਮਣੇ ਵੱਡੇ ਅਫਸਰ ਦੀ ਇਨਸਲਟ ਕਰਨੀ ਆ ਤੇ ਉਹਦਾ ਰੋਪ-ਦਾਬ ਖਤਮ ਹੋ ਜਾਂਦਾ ਤੇ ਉਹਦੇ ਆਫਿਸ ਦੇ ਅੰਦਰ ਉਹਦੀ ਕੋਈ ਪੁੱਛ ਪ੍ਰਤੀਤ ਨਹੀਂ ਰਹਿੰਦੀ ਕੱਲੇ ਕ੍ਰਿਸ਼ਨ ਕੁਮਾਰ ਤੇ ਨਹੀਂ ਪੂਰੀ ਦੀ ਪੂਰੀ ਬਿਊਰੋਕ੍ਰੇਸੀ ਜਿਹੜੀ ਉਹ ਐਜੂਕੇਸ਼ਨ ਸੈਕਟਰੀ ਤੋਂ ਦੁਖੀ ਆ ਤੇ ਐਜੂਕੇਸ਼ਨ ਸੈਕਟਰੀ ਜਿਹੜਾ ਉਹਦੇ ਪਿੱਛੇ ਹੱਥ ਜਿਹੜਾ ਪ੍ਰਿੰਸੀਪਲ ਚੀਫ ਸਕੱਤਰ ਸ਼੍ਰੇਸ਼ ਕੁਮਾਰ ਦਾ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਕਛਰੇਸ਼ ਕੁਮਾਰ ਬਹੁਤ ਇਮਾਨਦਾਰ ਅਫਸਰ ਹੈ ਲੇਕਿਨ ਸ਼ਰੇਸ਼ ਕੁਮਾਰ ਦੇ ਉੱਪਰ ਇਸ ਵਕਤ ਪੂਰੇ ਦੀ ਪੂਰੀ ਜਿਹੜੇ ਐਮਐਲਏ ਨੇ ਜਿਹੜੇ ਵਿਧਾਇਕ ਨੇ ਰੂਲਿੰਗ ਪਾਰਟੀ ਦੇ ਉਹ ਦੁਖੀ ਹੋ ਕੇ ਬੈਠੇ ਨੇ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਸਾਨੂੰ ਕੋਈ ਪੁੱਛਣ ਵਾਲਾ ਨਹੀਂ ਅਸੀਂ ਜਾਈਏ ਤਾਂ ਕਿੱਥੇ ਜਾਈਏ ਸਾਡੀ ਸੁਣਵਾਈ ਕਿੱਥੇ ਹੋਏਗੀ ਇਹ ਹਾਲਾਤ ਪੂਰੀ ਸਟੇਟ ਦੀ ਬਣੀ ਪਈ ਆ ਇਸ ਕਰਕੇ ਆਉਣ ਵਾਲਾ ਸਮਾਂ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਦੀ ਸੌਖਾ ਨਹੀਂ ਹੈ ਇੱਕ ਬੰਨੇ ਸੂਬੇ ਦੀ ਅਰਥਵਿਵਸਥਾ ਜਿਹੜੀ ਉਹ ਲੜ ਖੜਾਈ ਪਈ ਹੈ ਉਹ ਵੱਖਰੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪ ਜਿਹੜੇ ਉਹਨਾਂ ਦੇ ਉੱਪਰ ਦੋਸ਼ ਸੀ ਉਹਨਾਂ ਕੇਸਾਂ 'ਚ ਉਹ ਬਰੀ ਹੋ ਕੇ پاک ਸਾਫ ਹੋ ਕੇ ਨਿਕਲ ਆਏ ਨੇ ਲੇਕਿਨ ਸੂਬੇ ਦੀ ਅਰਥਵਿਵਸਥਾ ਲੜ ਖੜਾਈ ਪਈ ਆ ਉਹਦੇ ਵਿਧਾਇਕ ਉਰਲਾ ਰਹੇ ਨੇ ਕਿ ਬਿਊਰੋਕ੍ਰੇਸੀ ਸ਼ਰੇਆਮ ਪੈਸੇ ਇਕੱਠੇ ਕਰ ਰਹੀ ਆ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਤੇ ਕੈਪਟਨ ਅਮਰਿੰਦਰ ਸਿੰਘ ਜਾ ਕਿੱਧਰ ਨੂੰ ਰ ਕੈਪਟਨ ਅਮਰਿੰਦਰ ਸਿੰਘ ਮੈਸੇਜ ਕੀ ਦੇਣਾ ਚਾਹੁੰਦੇ ਨੇ ਲੇਕਿਨ ਜੋ ਸਾਡੇ ਕੋਲ ਪੂਖਤਾ ਜਾਣਕਾਰੀ ਆ ਅੱਜ ਤੱਕ ਅੱਜ ਸਵੇਰ ਤੱਕ ਚਾਰਾਂ ਵਿਧਾਇਕਾਂ 'ਚੋ ਕਿਸੇ ਨੂੰ ਵੀ ਮੁੱਖ ਮੰਤਰੀ ਦਫ਼ਤਰ ਤੋਂ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ ਜੇ ਇਹ ਹਾਲਾਤ ਨੇ ਇੱਕ ਹਫ਼ਤੇ ਤੋਂ ਵਿਧਾਇਕ ਰੋਲਾ ਪਾ ਰਹੇ ਨੇ ਹਫ਼ਤੇ ਤੋਂ ਵੱਧ ਦਾ ਸਮਾਂ ਹੋ ਗਿਆ ਜੇ ਉਹਨਾਂ ਦੀ ਨਹੀਂ ਸੁਣੀ ਗਈ ਤੇ ਆਮ ਪਬਲਿਕ ਦੀ ਕੀ ਸੁਣੀ ਗਈ ਜਾਈਗੀ ਕੀ ਵਿਦੇਸ਼ੀ ਮਹਿਮਾਨ ਜਿਹੜੇ ਸਰਕਾਰੀ ਕੋਠੀਆਂ 'ਚ ਬਿਠਾਏ ਨੇ ਉਹਨਾਂ ਦੀ ਸੁਣੀ ਜਾਏਗੀ ਤੇ ਬਿਊਰੋਕ੍ਰੇਸੀ ਸਰਕਾਰ ਚਲਾਏਗੀ ਤੇ ਜਿਹੜੇ ਪਬਲਿਕ ਦੇ ਨਮਾਇंदे ਉਹਨਾਂ ਦੀ ਹਾਲਤ ਕੀ ਹੋਏਗੀ ਸੋ ਦਰਸ਼ਕੋ ਇਹ ਭਾਗ ਦੇ ਮੁੱਦੇ ਜਿਹੜੇ ਸੀ ਇਹਨਾਂ ਨੂੰ ਲੈ ਕੇ ਅਸੀਂ ਤੁਹਾਡੇ ਰੂਬਰੂ ਹੋਈਆਂ ਇਹਨਾਂ ਤੇ ਤੁਸੀਂ ਆਪਣੀ رائے ਦੇਣਾ ਨਾ ਸਾਨੂੰ ਭੁੱਲਣਾ ਜਿਹੜੀ ਤੁਹਾਡੀ ਦਿੱਤੀ ਗਈ رائے ਆ ਉਹਨੂੰ ਅਸੀਂ ਅਗਲਾ ਜਿਹੜਾ ਸਾਡਾ ਐਪੀਸੋਡ ਹੋਏਗਾ ਉਹਦੇ ਵਿੱਚ ਅਸੀਂ ਉਹਨੂੰ ਜ਼ਰੂਰ ਲੈ ਕੇ ਆਵਾਂਗੇ ਇਹਦੇ ਨਾਲ ਹੀ ਦਰਸ਼ਕੋ ਇੱਕ ਤੁਹਾਡੀ ਜਾਣਕਾਰੀ ਦੇ ਲਈ ਹੋਰ ਦੱਸ ਦਈਏ ਕਿ ਇਹ ਅਗਲੇ ਹਫਤੇ ਤੋਂ ਪ੍ਰੋਗਰਾਮ ਜਿਹੜਾ ਉਹ ਜਿਹੜਾ ਅਸੀਂ ਵੀਰਵਾਰ ਦਿਖਾਉਂਦੇ ਸੀ ਉਹ ਬੁੱਧਵਾਰ ਦਿਖਾਇਆ ਜਾਏਗਾ ਜਿਹੜਾ ਸ਼ਨੀਚਰਵਾਰ ਵਾਲਾ ਪ੍ਰੋਗਰਾਮ ਉਹ ਸ਼ਨੀਚਰਵਾਰ ਹੀ ਚੱਲੇਗਾ ਲੇਕਿਨ ਵੀਰਵਾਰ ਵਾਲਾ ਪ੍ਰੋਗਰਾਮ ਜਿਹੜਾ ਉਹ ਚੇਂਜ ਕਰਕੇ ਬੁੱਧਵਾਰ ਦਾ ਸਮਾਂ ਜਿਹੜਾ ਦਿੱਤਾ ਸਮਾਂ ਉਹੀ ਰਹੇਗਾ ਲੇਕਿਨ ਦਿਨ ਜਿਹੜਾ ਉਹ ਚੇਂਜ ਕੀਤਾ ਗਿਆ ਸੋ ਦਰਸ਼ਕੋ ਅੱਜ ਲਈ ਇੰਨਾ ਹੀ ਅਗਲੀ ਵਾਰ ਕਿਸੇ ਹੋਰ ਨਵੇਂ ਮੁੱਦੇ ਨੂੰ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਹੁਣ ਮੈਨੂੰ ਦਿਓ اجازت ਸਤਿ ਸ਼੍ਰੀ ਅਕਾਲ